मैं कुछ नहीं कहना चाहूंगा, मैं यही चाहूंगा कि जो कुछ दिता वाहेगुरु ने बस सारे जाने उसका शुक्र करिया करिए। मैं भी शुक्र करन आया सीगा ते बहुत चंगा लगे जी। की नवा ਤੁਹਾਡਾ ਕੀ ਆ ਰਿਹਾ ਹੈ? ਨਵਾਂ ਜੋ ਵਾਹਿਗੁਰੂ ਕਰਾਏ ਜਾ ਰਿਹਾ ਜੀ ਅਸੀਂ ਕਰੀ ਜਾਂਦੇ। ਕੀ ਅਰਦਾਸ ਬੇਨਤੀ ਕੀਤੀ ਜੀ ਰਮਨ ਸਰ? ਮੈਂ ਸਿਰਫ ਸ਼ੁਕਰ ਕਰਨ ਆਇਆ ਜੀ। ਮੈਂ ਸਿਰਫ ਸ਼ੁਕਰ ਚਾਹ ਬਣਨ ਕੀ ਮੈਸੇਜ ਦੇਣਾ ਚਾਹੁੰਦਾ? ਮੈਂ ਹੀ ਕਹੂੰਗਾ ਜੀ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਖੁਸ਼ ਰੱਖੋ ਔਰ ਜੋ ਵੀ ਰੱਬ ਨੇ ਤੁਹਾਨੂੰ ਦਿੱਤਾ ਉਹਦਾ ਥੈਂਕ ਯੂ ਕਰੋ ਤੇ ਸੱਚੀ ਸੁੱਚੀ ਨੀਅਤ ਨਾਲ ਆਪਣਾ ਕੰਮ ਕਰੀ ਜਾਓ। ਬਾਕੀ ਅੱਗੇ ਵਾਹਿਗੁਰੂ ਨੇ ਆਪੇ ਭਾਗ ਲੈਣੇ ਆ ਜੀ। ਬਸ ਮੈਂ ਕੁਛ ਨਹੀਂ ਕਹਿਣਾ ਚਾਹੂੰਗਾ, ਮੈਂ ਇਹੀ ਚਾਹੂੰਗਾ ਕਿ ਜੋ ਕੁਛ ਦਿੱਤਾ ਵਾਹਿਗੁਰੂ ਨੇ ਬਸ ਸਾਰੇ ਜਾਣੇ ਉਹਦਾ ਸ਼ੁਕਰ ਕਰਿਆ ਕਰੀਏ। ਮੈਂ ਵੀ ਸ਼ੁਕਰ ਕਰਨ ਆਇਆ ਸੀਗਾ ਅਤੇ ਬਹੁਤ ਚੰਗਾ ਲੱਗਿਆ ਜੀ। ਕੀ ਨਵਾਂ ਤੁਹਾਡਾ ਕੀ ਆ ਰਿਹਾ? ਨਵਾਂ ਜੋ ਵਾਹਿਗੁਰੂ ਕਰਾਏ ਜਾ ਰਿਹਾ ਜੀ ਅਸੀਂ ਕਰੀ ਜਾਂਦੇ। ਕੀ ਅਰਦਾਸ ਬੇਨਤੀ ਕੀਤੀ ਜੀ ਰਮਨ ਸਰ? ਮੈਂ ਸਿਰਫ ਸ਼ੁਕਰ ਕਰਨ ਆਇਆ ਜੀ। ਮੈਂ ਸਿਰਫ ਸ਼ੁਕਰ ਚਾਹ ਬਣਨ ਕੀ ਮੈਸੇਜ ਦੇਣਾ ਚਾਹੁੰਦਾ? ਮੈਂ ਇਹੀ ਕਹੂੰਗਾ ਜੀ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਖੁਸ਼ ਰੱਖੋ ਔਰ ਜੋ ਵੀ ਰੱਬ ਨੇ ਤੁਹਾਨੂੰ ਦਿੱਤਾ ਉਹਦਾ ਥੈਂਕ ਯੂ ਕਰੋ ਅਤੇ ਸੱਚੀ ਸੁੱਚੀ ਨੀਅਤ ਨਾਲ ਆਪਣਾ ਕੰਮ ਕਰੀ ਜਾਓ। ਬਾਕੀ ਅੱਗੇ ਵਾਹਿਗੁਰੂ ਨੇ ਆਪੇ ਭਾਗ ਲੈਣੇ ਆ ਜੀ। ਬਸ ਮੈਂ ਕੁਛ ਨਹੀਂ ਕਹਿਣਾ ਚਾਹੂੰਗਾ, ਮੈਂ ਇਹੀ ਚਾਹੂੰਗਾ ਕਿ ਜੋ ਕੁਛ ਦਿੱਤਾ ਵਾਹਿਗੁਰੂ ਨੇ ਬਸ ਸਾਰੇ ਜਾਣੇ ਉਹਦਾ ਸ਼ੁਕਰ ਕਰਿਆ ਕਰੀਏ। ਮੈਂ ਵੀ ਸ਼ੁਕਰ ਕਰਨ ਆਇਆ ਸੀਗਾ ਅਤੇ ਬਹੁਤ ਚੰਗਾ ਲੱਗਿਆ ਜੀ। ਕੀ ਨਵਾਂ ਤੁਹਾਡਾ ਕੀ ਆ ਰਿਹਾ? ਨਵਾਂ ਜੋ ਵਾਹਿਗੁਰੂ ਕਰਾਏ ਜਾ ਰਿਹਾ ਜੀ ਅਸੀਂ ਕਰੀ ਜਾਂਦੇ। ਕੀ ਅਰਦਾਸ ਬੇਨਤੀ ਕੀਤੀ ਜੀ ਰਮਨ ਸਰ? ਮੈਂ ਸਿਰਫ ਸ਼ੁਕਰ ਕਰਨ ਆਇਆ ਜੀ। ਮੈਂ ਸਿਰਫ ਸ਼ੁਕਰ ਚਾਹ ਬਣਨ ਕੀ ਮੈਸੇਜ ਦੇਣਾ ਚਾਹੁੰਦਾ? ਮੈਂ ਇਹੀ ਕਹੂੰਗਾ ਜੀ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਖੁਸ਼ ਰੱਖੋ ਔਰ ਜੋ ਵੀ ਰੱਬ ਨੇ ਤੁਹਾਨੂੰ ਦਿੱਤਾ ਉਹਦਾ ਥੈਂਕ ਯੂ ਕਰੋ ਅਤੇ ਸੱਚੀ ਸੁੱਚੀ ਨੀਅਤ ਨਾਲ ਆਪਣਾ ਕੰਮ ਕਰੀ ਜਾਓ। ਬਾਕੀ ਅੱਗੇ ਵਾਹਿਗੁਰੂ ਨੇ ਆਪੇ ਭਾਗ ਲੈਣੇ ਆ ਜੀ। ਬਸ ਮੈਂ ਕੁਛ ਨਹੀਂ ਕਹਿਣਾ ਚਾਹੂੰਗਾ, ਮੈਂ ਇਹੀ ਚਾਹੂੰਗਾ ਕਿ ਜੋ ਕੁਛ ਦਿੱਤਾ ਵਾਹਿਗੁਰੂ ਨੇ ਬਸ ਸਾਰੇ ਜਾਣੇ ਉਹਦਾ ਸ਼ੁਕਰ ਕਰਿਆ ਕਰੀਏ। ਮੈਂ ਵੀ ਸ਼ੁਕਰ ਕਰਨ ਆਇਆ ਸੀਗਾ ਅਤੇ ਬਹੁਤ ਚੰਗਾ ਲੱਗਿਆ ਜੀ। ਕੀ ਨਵਾਂ ਤੁਹਾਡਾ ਕੀ ਆ ਰਿਹਾ? ਨਵਾਂ ਜੋ ਵਾਹਿਗੁਰੂ ਕਰਾਏ ਜਾ ਰਿਹਾ ਜੀ ਅਸੀਂ ਕਰੀ ਜਾਂਦੇ। ਕੀ ਅਰਦਾਸ ਬੇਨਤੀ ਕੀਤੀ ਜੀ ਰਮਨ ਸਰ? ਮੈਂ ਸਿਰਫ ਸ਼ੁਕਰ ਕਰਨ ਆਇਆ ਜੀ। ਮੈਂ ਸਿਰਫ ਸ਼ੁਕਰ ਚਾਹ ਬਣਨ ਕੀ ਮੈਸੇਜ ਦੇਣਾ ਚਾਹੁੰਦਾ? ਮੈਂ ਇਹੀ ਕਹੂੰਗਾ ਜੀ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਖੁਸ਼ ਰੱਖੋ ਔਰ ਜੋ ਵੀ ਰੱਬ ਨੇ ਤੁਹਾਨੂੰ ਦਿੱਤਾ ਉਹਦਾ ਥੈਂਕ ਯੂ ਕਰੋ ਅਤੇ ਸੱਚੀ ਸੁੱਚੀ ਨੀਅਤ ਨਾਲ ਆਪਣਾ ਕੰਮ ਕਰੀ ਜਾਓ। ਬਾਕੀ ਅੱਗੇ ਵਾਹਿਗੁਰੂ ਨੇ ਆਪੇ ਭਾਗ ਲੈਣੇ ਆ ਜੀ। ਬਸ ਮੈਂ ਕੁਛ ਨਹੀਂ ਕਹਿਣਾ ਚਾਹੂੰਗਾ, ਮੈਂ ਇਹੀ ਚਾਹੂੰਗਾ ਕਿ ਜੋ ਕੁਛ ਦਿੱਤਾ ਵਾਹਿਗੁਰੂ ਨੇ ਬਸ ਸਾਰੇ ਜਾਣੇ ਉਹਦਾ ਸ਼ੁਕਰ ਕਰਿਆ ਕਰੀਏ। ਮੈਂ ਵੀ ਸ਼ੁਕਰ ਕਰਨ ਆਇਆ ਸੀਗਾ ਅਤੇ ਬਹੁਤ ਚੰਗਾ ਲੱਗਿਆ ਜੀ। ਕੀ ਨਵਾਂ ਤੁਹਾਡਾ ਕੀ ਆ ਰਿਹਾ? ਨਵਾਂ ਜੋ ਵਾਹਿਗੁਰੂ ਕਰਾਏ ਜਾ ਰਿਹਾ ਜੀ ਅਸੀਂ ਕਰੀ ਜਾਂਦੇ। ਕੀ ਅਰਦਾਸ ਬੇਨਤੀ ਕੀਤੀ ਜੀ ਰਮਨ ਸਰ? ਮੈਂ ਸਿਰਫ ਸ਼ੁਕਰ ਕਰਨ ਆਇਆ ਜੀ। ਮੈਂ ਸਿਰਫ ਸ਼ੁਕਰ ਚਾਹ ਬਣਨ ਕੀ ਮੈਸੇਜ ਦੇਣਾ ਚਾਹੁੰਦਾ? ਮੈਂ ਇਹੀ ਕਹੂੰਗਾ ਜੀ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਖੁਸ਼ ਰੱਖੋ ਔਰ ਜੋ ਵੀ ਰੱਬ ਨੇ ਤੁਹਾਨੂੰ ਦਿੱਤਾ ਉਹਦਾ ਥੈਂਕ ਯੂ ਕਰੋ ਅਤੇ ਸੱਚੀ ਸੁੱਚੀ ਨੀਅਤ ਨਾਲ ਆਪਣਾ ਕੰਮ ਕਰੀ ਜਾਓ। ਬਾਕੀ ਅੱਗੇ ਵਾਹਿਗੁਰੂ ਨੇ ਆਪੇ ਭਾਗ ਲੈਣੇ ਆ ਜੀ।